ਸਾਲਾਨਾ ਕਬੱਡੀ ਕੱਪ ਪਿੰਡ ਪੌਰ ਹੀਰਾਂ ਦੇ NRI ਵੀਰਾਂ, ਨਗਰ ਪੰਚਾਇਤ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਧਾਨ ਸਫੀ ਹੀਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਕਬੱਡੀ ਦੀਆਂ 8 ਨਾਮਵਰ ਅਕੈਡਮੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਵਿੱਚ ਪ੍ਰਧਾਨ ਸਫੀ ਹੀਰ ਵੱਲੋਂ ਬਿੱਟੂ ਭੋਲੇਵਾਲ ਦਾ 21,000 ਨਾਲ, ਬਿੱਟੂ ਪੌਰ ਹੀਰਾਂ ਦਾ 52,000 ਨਾਲ ਸਨਮਾਨ, ਖੁਸ਼ੀ ਦੁੱਗਾਂ ਦਾ 11,000 ਨਾਲ ਸਨਮਾਨ, ਸ਼ਰਨਾ ਡੱਗਰੂਮਾਲੇ ਦਾ 11,000 ਨਾਲ ਸਨਮਾਨ ਕੀਤਾ ਗਿਆ। ਅਕੈਡਮੀਆਂ ਦੇ ਮੁਕਾਬਲੇ ਪਹਿਲੇ ਮੈਚ ਤੋਂ ਹੀ ਲੈ ਕੇ ਫਾਈਨਲ ਤੱਕ ਦੇਖਣ ਯੋਗ ਸਨ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼੍ਰੀ ਅਨੰਦਪੁਰ ਸਾਹਿਬ ਬਿੱਟੂ ਭੋਲੇਵਾਲ ਕਲੱਬ ਅਤੇ ਨਾਮਵਰ ਅਕੈਡਮੀ ਰੋਇਲ ਕਿੰਗ USA ਦੀ ਟੀਮ ਵਿਚਕਾਰ। ਰੋਇਲ ਕਿੰਗ ਦੀ ਟੀਮ ਨੇ ਭੋਲੇਵਾਲ ਦੀ ਟੀਮ ਨੂੰ 43 ਦੇ ਮੁਕਾਬਲੇ 16 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪੌਰ ਹੀਰਾਂ ਦੇ ਟੂਰਨਾਮੈਂਟ ਦਾ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ। ਦੱਸ ਦਈਏ ਕਿ ਪੌਰ ਹੀਰਾਂ ਦੇ ਬੈਸਟ ਰੇਡਰ ਗੱਗੀ ਖੀਰਾਵਾਲ ਅਤੇ ਬਾਕੀ ਪਰਮਜੀਤ ਪੁਰਾ ਰਹੇ, ਜਦਕਿ ਬੈਸਟ ਟੋਪਰ ਫਰਿਆਦ ਅਲੀ ਅਤੇ ਇੰਦਰਜੀਤ ਕਲਸੀਆਂ ਰਹੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜਾਫੀ ਫਰਿਆਦ ਅਲੀ ਅਤੇ ਇੰਦਰਜੀਤ ਕਲਸੀਆਂ ਅਜੇ ਤੱਕ ਸਾਲ 2019 ਦੇ ਸਭ ਤੋਂ ਵੱਧ ਬੈਸਟ ਲੈਣ ਵਾਲੇ ਜਾਫੀ ਵੀ ਬਣ ਚੁੱਕੇ ਹਨ। ਖਿਡਾਰੀਆਂ ਨੂੰ ਨਾਲ ਹੀ ਕਮੇਟੀ ਵੱਲੋਂ ਵੱਡੇ ਕੱਪ ਅਤੇ ਨਗਦ ਰਾਸ਼ੀ ਦੇ ਨਾਲ ਸਨਮਾਨ ਵੀ ਕੀਤਾ ਗਿਆ। ਜੇਤੂ ਰਹਿਣ ਵਾਲੀ ਟੀਮ ਨੂੰ 1,00,000 ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75,000 ਦੇ ਕੇ ਸਨਮਾਨ ਕੀਤਾ ਗਿਆ, ਜਦਕਿ ਬੈਸਟ ਰਹਿਣ ਵਾਲੇ ਖਿਡਾਰੀ ਨੂੰ 4 ਟਰੈਕਟਰ ਦੇ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ MC ਮਨਜੀਤ ਸਿੰਘ ਰਾਣੇ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਪੌਰ ਹੀਰਾਂ ਦਾ ਕਬੱਡੀ ਕੱਪ ਬਹੁਤ ਵਧੀਆ ਰਿਹਾ ਅਤੇ ਲੋਕਾਂ ਦਾ ਇਕੱਠ ਵੀ ਦੇਖਣ ਯੋਗ ਸੀ। ਉਹਨਾਂ ਕਿਹਾ ਕਿ ਪੌਰ ਹੀਰਾਂ ਵਿੱਚ ਅੱਜ ਕਬੱਡੀ ਦੇ ਸਾਰੇ ਹੀ ਸਟਾਰ ਖਿਡਾਰੀ ਖੇਡ ਕੇ ਗਏ ਹਨ ਅਤੇ ਕਿਹਾ NRI ਵੀਰਾਂ ਵੱਲੋਂ ਇਸੇ ਤਰ੍ਹਾਂ ਅੱਗੇ ਤੋਂ ਵੀ ਜੇਕਰ ਸਾਡਾ ਸਹਿਯੋਗ ਦਿੱਤਾ ਗਿਆ ਤਾਂ ਅਸੀਂ ਇਸੇ ਤਰ੍ਹਾਂ ਹੋਰ ਵੀ ਵੱਡਾ ਟੂਰਨਾਮੈਂਟ ਕਰਵਾਵਾਂਗੇ। ਭਾਈ ਕਿਹੋ ਜਿਹਾ ਰਿਹਾ ਟੂਰਨਾਮੈਂਟ ਤੁਹਾਡਾ? ਟੂਰਨਾਮੈਂਟ ਸਾਡਾ ਬਹੁਤ ਵਧੀਆ ਰਿਹਾ ਜੀ। 6ਵੇਂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਉਹਨਾਂ ਦਾ ਆਸ਼ੀਰਵਾਦ ਹੈ ਸਾਡੇ ਪੁਰ ਹੀਰਾਂ 'ਤੇ, ਔਰ ਉਹਦੀ ਕਿਰਪਾ ਦੇ ਨਾਲ ਉਹਨਾਂ ਦੀ ਨਾਲ ਜਿਹੜਾ ਟੂਰਨਾਮੈਂਟ ਪੂਰਾ ਸਕਸੈਸਫੁਲ ਰਿਹਾ, ਔਰ ਜਿੰਨਾ ਕੁ ਅਸੀਂ ਸਮਝਦੇ ਸੀ ਉਹ ਤੋਂ ਵੱਧ ਗੈਦਰਿੰਗ ਹੋਈ ਆ, ਬਹੁਤ ਦੁਨੀਆ ਆਈ ਔਰ ਬਹੁਤ ਵੱਡੇ ਲੈਵਲ ਦਾ ਸਾਡਾ ਟੂਰਨਾਮੈਂਟ ਆ ਜਿਹੜਾ ਸਫਲ ਰਿਹਾ ਜੀ। ਕਿੰਨੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ ਇਹਦੇ ਵਿੱਚ? ਲਗਭਗ ਜਿਹੜੀਆਂ ਓਪਨ ਦੀਆਂ ਸੀਗੀਆਂ ਉਹ 8 ਟੀਮਾਂ ਸੀਗੀਆਂ, ਬਾਕੀ 75 ਕਿਲੋ ਦੀਆਂ 4 ਟੀਮਾਂ ਸਨ, 40 ਕਿਲੋ ਦੀਆਂ ਵੀ 6 ਟੀਮਾਂ ਸਨ। ਮਤਲਬ ਆਲ ਇੰਟਰਨੈਸ਼ਨਲ ਜਿਹੜੇ ਪਲੇਅਰ ਆ ਉਹ ਇੱਥੇ ਸਾਡੇ ਖੇਡੇ ਆ, ਪੰਜਾਬ ਦੇ ਟੌਪ ਲੈਵਲ ਦੇ ਪਲੇਅਰ ਖੇਡੇ ਆ, ਮੰਗੀ ਵਰਗੇ, ਖੁਸ਼ੀ ਵਰਗੇ, ਦੁੱਗਾ ਵਰਗੇ, ਸ਼ਾਨੇ ਵਰਗੇ, ਗੱਗੀ ਵਰਗੇ, ਸਾਰੇ ਟੌਪ ਦੇ ਪਲੇਅਰ ਖੇਲ ਕੇ ਗਏ ਆ ਜੀ। ਕਿਹੋ ਜਿਹਾ ਲੱਗਾ ਜਿਹੜਾ ਇੰਟਰਨੈਸ਼ਨਲ ਪਲੇਅਰ ਆ ਜਿਹੜੇ ਤੁਹਾਡੇ ਪਿੰਡ ਆ ਕੇ ਖੇਡ ਕੇ ਗਏ? ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜੀ ਕਿ ਸਾਡਾ ਜਿਹੜਾ ਪੁਰ ਹੀਰਾ ਆ ਇਹਦੀ ਇਸ ਧਰਤੀ ਦੇ ਉੱਪਰ ਆ ਕੇ ਜਿਹੜੇ ਟੌਪ ਲੈਵਲ ਦੇ ਪਲੇਅਰ ਆ ਉਹ ਖੇਡ ਕੇ ਗਏ ਆ। ਇਹ ਸਾਰਾ ਸਾਡੇ ਜਿਹੜੇ ਨਗਰ ਦੇ ਨੌਜਵਾਨ ਹੈ, ਸਾਡਾ ਪ੍ਰਧਾਨ ਮੁੰਡਾ ਸਰਪ੍ਰਾਈਜ਼ ਸੱਪੀ ਸਾਡਾ ਵੀਰ ਔਰ NRI ਵੀਰ ਜਿਹੜੇ ਆ ਉਹਨਾਂ ਸਹਿਯੋਗ ਨਾਲ ਹੋਇਆ ਸਾਰਾ ਇਹ। ਅਤੇ ਤੁਸੀਂ ਅੱਗੇ ਤੋਂ ਜਿਹੜੇ NRI ਵੀਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਹਿਯੋਗ ਦੇ ਲਈ? ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤਾਂ ਕਿ ਅਸੀਂ ਜਿਹੜਾ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਬਣਾ ਕੇ ਰੱਖੀਏ, ਸਾਡਾ ਪੁਰ ਹੀਰਾ ਜਿਹੜਾ ਉਹ ਨੰਬਰ 1 ਪੰਜਾਬ ਦੇ ਵਿੱਚ ਖੇਡਾਂ ਦੇ ਵਿੱਚ ਅੱਗੇ ਆਵੇ, ਕਿਉਂਕਿ ਸਾਡੇ ਨੌਜਵਾਨ ਜਿਹੜੇ ਆ ਪੁਰ ਹੀਰਾ ਦੇ 2 ਇਸ ਵੇਲੇ ਇੰਟਰਨੈਸ਼ਨਲ ਲੈਵਲ 'ਤੇ ਖੇਡ ਰਹੇ ਆ। ਅਤੇ ਅਗਲੇ ਟੂਰਨਾਮੈਂਟ ਬਾਰੇ ਤੁਹਾਡਾ ਕੀ ਕਹਿਣਾ? ਅਗਲਾ ਟੂਰਨਾਮੈਂਟ ਇਸ ਤੋਂ ਵੀ ਵੱਧ ਚੜ੍ਹ ਕੇ ਉਸ ਮਾਲਕ ਦਾ ਆਸ਼ੀਰਵਾਦ ਰਿਹਾ, ਵਾਹਿਗੁਰੂ ਦਾ ਆਸ਼ੀਰਵਾਦ ਰਿਹਾ, 6ਵੇਂ ਪਾਤਸ਼ਾਹ ਦਾ ਹੱਥ ਰਿਹਾ ਅਤੇ ਇਸ ਤੋਂ ਵੀ ਵੱਡਾ ਟੂਰਨਾਮੈਂਟ ਹੋਏ। ਟੂਰਨਾਮੈਂਟ ਦੌਰਾਨ ਪ੍ਰਧਾਨ ਸਫੀ ਹੀਰ ਮਨਜੀਤ ਸਿੰਘ MC, ਪਰਮਿੰਦਰ ਸਿੰਘ, ਨਰਿੰਦਰ ਸਿੰਘ ਨਿੰਦੀ, ਗੁਰਦਿਆਲ ਸਿੰਘ ਜੰਡੂ, ਹਰਪਾਲ ਸਿੰਘ ਪਾਲਾ, ਕਮਲਜੀਤ ਸਿੰਘ ਕੰਮਾ, ਦੀਪਕ ਸ਼ਾਰਦਾ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ ਸੈਣੀ, ਕਰਨੈਲ ਸਿੰਘ ਕੈਲੀ, ਸੁੱਚਾ ਸਿੰਘ ਕੂੰਡ, MC ਮਨਿੰਦਰ ਸਿੰਘ, ਜੁਗਰਾਜ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਅਤੇ ਇਲਾਕਾ ਵਾਸੀ ਮੌਜੂਦ ਸਨ।